ਇਹ ਵਜਨ ਖਾਸ ਪੈਂਟਰ ਤੋਂ ਲਿਖੇ ਨੇ ਪਏ ਅੱਜ ਅਤੇ ਬਿਹਤਰੀਨ ਸੁਣੇ ਇਹ ਇੱਕ ਸਾਡਾ ਦੋਸਤ ਹੀ ਪਿਆ ਉਹ ਪਾਲੀ ਪਏ ਇਹ ਵਜਨ ਖਾਸ ਪੈਂਟਰ ਨੇ ਪਾਏ ਜ਼ਬਰਦਸਤ ਨਾਫਸੀ ਕੁੱਤੇ ਨੇ ਪਾਏ ਬਿਹਤਰੀਨ ਔਰ ਇਹਨਾਂ ਦੀ ਖਾਸੀਅਤ ਇਹ ਪਈ ਇਹ ਜਿਹੜੇ ਵੇਲੇ ਹਾਲੇ ਤਾਂ ਬੱਚੇ ਨੇ ਪਾਏ ਛੋਟੇ ਛੋਟੇ ਅਤੇ ਇਹਨਾਂ ਦੇ ਕੰਨ ਲਿ ਵੱਡੇ ਉਹਨਾਂ ਨੂੰ ਪਾਏ ਲੀਟੇ ਕੰਨ ਉਹਨਾਂ ਤਲੇ ਜਿਹੜੇ ਅਤੇ ਇਹ ਜ਼ਿਆਦਾਤੌਰ ਗਿੱਦੜਾਂ ਦਾ ਸੂਰਾਂ ਦਾ ਤਿੱਤਰਾਂ ਬਟੇਰਾ ਇਹ ਜ਼ਿਆਦਾਤੌਰ ਬਟੇਰੇ ਦਾ ਸ਼ਿਕਾਰ ਇਹਨਾਂ ਨਾਲ ਕਰੇ ਨੇ ਔਰ ਬਿਹਤਰੀਨ ਜਨਾਬ ਸਿੰਘ ਸ਼ਿਕਾਰ ਕਰੇ ਨੇ ਹਾਂ ਉਹ ਕੁੱਤੀ ਹੈ ਪਈ ਤਾਈ ਪਰ ਰਹੀ ਮਾਰ ਇਹ ਸਪੈਸ਼ਲ ਖਾਸ ਲੈਤੀ ਨਾ ਪਾਏ ਪੈਂਟਰ ਖਾਸ ਪੈਂਟਰ ਹੈ ਓਰੀਜਨਲ ਅੱਛਾ ਇਹ ਅੰਦਰ ਬਲਾਂ ਦੇ ਪਿੱਛੇ ਟੁਰ ਪਵਾਉਣ ਤੇ ਗੋਲ ਤੇ ਖਿੰਚਣ ਬਲਾਂ ਕੋ ਅੱਛਾ ਇਹ ਬਟੇਰਾ ਤਿੱਤਰ ਗੁਲਿਆਂ ਦਾ ਜ਼ਿਆਦਾ ਹਾਂ ਬਟੇਰਾ ਤਿੱਤਰ ਜ਼ਬਰਦਸਤ ਗੁਲਿਆਂ ਦਾ ਉਹ ਸੀ ਭਾਅ ਜੀ ਨੇ ਤਾਂ ਲਿਖੇ ਨੇ ਪਏ ਖਾਸ ਪੈਂਟਰ ਨੇ ਪਏ ਔਰ ਬਿਹਤਰੀਨ ਜ਼ਬਰਦਸਤ ਪੈਂਟਰ ਨੇ ਪਏ ਔਰ ਮਦਦ ਦੀ ਗੱਲ ਇਹ ਖਾਲਿਸ ਨੇ ਪਏ ਪੈਂਟਰ ਓਰੀਜਨਲ ਖਾਲਿਸ ਪੈਂਟਰ ਨੇ ਪਏ ਅਤੇ ਉਹਦੇ ਬਾਵਜੂਦ ਤੁਸੀਂ ਕੋਸ਼ਿਸ਼ ਕਰੇ ਸੋ ਭਜਨ ਸਾਡੇ ਚੈਨਲ ਕੋ ਲਾਜ਼ਮੀ ਤੋਂ ਲਾਜ਼ਮੀ ਸਬਸਕ੍ਰਾਈਬ ਕਰੇ ਸੋ ਸਾਡੇ ਦੋਸਤ ਵਗੈਰਾ ਜਿਹੜੇ ਬਾਹਰ ਮੁਲਕ ਬੈਠਣ ਤਾਂ ਦੇ ਬੈਠੇ ਰਹਿਣ ਸਾਨੂੰ ਕਮੈਂਟਸ ਕਰਨ ਲਾਈਕ ਕਰਨ ਔਰ ਸਿਰਫ ਸਾਨੂੰ ਵਾਦਨ ਭੇਜਾਨ ਸਿਰਫ ਸਾਨੂੰ ਕੁੱਤੇ ਦਿਖਾਓ ਨਸਲਦਾਰ ਕੁੱਤੇ ਅੱਛੇ ਅੱਛੇ ਕੁੱਤੇ ਦਿਖਾਓ ਇਹ ਤਾਂ ਕੋਈ ਲਿਖੇ ਨੇ ਪਏ ਕਿਉਂ ਹਾਲੇ ਤਾਂ ਬੱਚੇ ਨੇ ਪਏ ਕਿਤਨਾ ਇਹ ਕਿਤਨਾ ਮਹੀਨੇ ਦੋ ਸੁਣੇ ਅੱਛਾ 2 ਮਹੀਨੇ ਦੇ ਭਜਨ ਬੱਚੇ ਨੇ ਪਏ ਬਿਲਕੁਲ ਜ਼ਬਰਦਸਤ ਜਨਾਬ ਸਿੰਘ ਔਰ ਇਹ ਹਾਲੇ ਤਿਆਰ ਕਰਨੇ ਪੈਣ ਕਿਉਂ ਇਹ ਹਾਲੇ ਉਹਨਾਂ ਕੋਲ ਤਿਆਰ ਥਿਵਣ ਵਿੱਚ ਕੁਝ ਵਕਤ ਲੱਗ ਸੀ ਬੱਚੇ ਨੇ ਪਏ ਖਾਸ ਪੈਂਟ ਨਸਲ ਦੇ ਵਿੱਚ ਨੇ ਪਏ ਇਹ ਇੱਕ ਨਾਰੇ ਇੱਕ ਮਾਦਾ ਇਹ ਮਾਦਾ ਮਾਦੀ ਹੈ ਪਈ ਜਿਹੜੇ ਦੋਸਤ ਸਾਡੇ ਚੈਨਲ ਸਬਸਕ੍ਰਾਈਬ ਕੀਤੀ ਪੈਣ ਉਹਨਾਂ ਦੀ ਬਹੁਤ ਮਿਹਰਬਾਨੀ ਹੈ ਜਿਹੜੇ ਕਮੈਂਟਸ ਕਰੇ ਨੇ ਅੱਛੇ ਅੱਛੇ ਲਾਈਕ ਕਰੇ ਨੇ ਉਹਨਾਂ ਦੀ ਬਹੁਤ ਮਿਹਰਬਾਨੀ ਹੈ ਜਨਾਬ ਸਿੰਘ ਅਸਾਂ ਉਹਨਾਂ ਕੋਲ ਸੁਣੇ ਤੋਂ ਸੁਣੇ ਕੋਸ਼ਿਸ਼ ਕਰੇ ਸੋ ਆਪਣੇ ਇਲਾਕੇ ਦੇ ਵਸੇਬ ਦੇ ਸੁਣੇ ਤੋਂ ਸੁਣੇ ਜਾਨਵਰ ਲਿਖਵੇ ਸੋ ਬਜਾਨ ਤੱਕੋਂ ਸਿਰਫ ਸਾਰਾ ਇਹੋ ਆਉਂਦੇ ਬਜਾਨ ਸ਼ੁਗਲ ਲਿਖਾਵਣਾ ਜਾਨਵਰਾਂ ਕੋਲ ਸੁਣੇ ਸੁਣੇ ਜਾਨਵਰਾਂ ਲਿਖਾਵਣ ਚਲੋ ਬਈ ਸਾਰੇ ਇਲਾਕੇ ਦੇ ਵਸੇਬ ਦੇ ਸਾਡਾ ਜ਼ਿਲ੍ਹਾ ਲਈਆ ਹੈ ਜ਼ਿਲ੍ਹਾ ਲਈਏ ਦਾ ਜਨਾਬ ਸਿੰਘ ਪਹਾੜਪੁਰ ਨਾਲ ਸ਼ਹਿਰ ਏ ਪਿਆ ਸ਼ਹਿਰ ਦੇ ਵਿੱਚ ਨਾਲ ਪੈਣ ਥਾਏ ਅਤੇ ਇਹ ਸੋਹਣੇ ਪਹਾੜ ਜੋ ਸੋਹਣੇ ਜਾਨਵਰ ਨੇ ਪਾਏ ਅਤੇ ਇਹ ਪੈਂਟਰ ਨਸਲ ਦੇ ਨੇ ਜ਼ਿਆਦਾਤੌਰ ਇਹ ਤਿੱਤਰਾਂ ਦੇ ਤੋਂ ਸ਼ਿਕਾਰ ਤਾਂ ਖੇਡੇ ਵੇਂਦੇ ਰਹਿਣ ਅਤੇ ਤਿੱਤਰਾਂ ਦਾ ਇਸਤੇਮਾਲ ਕੀਤੇ ਵੇਂਦੇ ਰਹਿਣ ਇਹ ਹੁਣ ਹਾਲੀ ਹਿੰਦ ਤਾਂ ਬੱਚੇ ਕਿਉਂ ਹਾਲੀ ਛੋਟੇ ਨੇ ਪਾਏ ਇਹਨਾਂ ਕੋਲ ਤਿਆਰ ਕਰੇ ਨੇ ਕੁਝ ਵਕਤ ਲੱਗ ਗਏ ਸਨ ਅੰਦਾਜ਼ਾ ਇਹ 8ਵੇਂ 9ਵੇਂ ਮਹੀਨੇ ਫੁੱਲ ਤਿਆਰ ਥੀ ਵੇ ਸਨ ਅਤੇ ਵੱਲ ਤਾਂ ਕੋਈ ਲਿਖੇ ਸੂ ਇਹਨਾਂ ਦਾ ਮਾਹੌਲ ਵਗੈਰਾ ਔਰ ਜ਼ਬਰਦਸਤ ਇਹਨਾਂ ਦਾ ਸ਼ੁਗਲ ਲਿਖੇ ਸੂ ਅੱਛਾ 6ਵੇਂ ਮਹੀਨੇ ਇਹ ਮਾਲਕ ਦਿਸਣਾ ਕੜੇ ਮਾਰ ਕੈਂਸਰ ਪਿਆ ਸਾਡਾ ਦੋਸਤ ਨੇ ਇਹ ਦਿਸਣਾ ਕੜੇ ਵੀ 6ਵੇਂ ਮਹੀਨੇ ਬਿਲਕੁਲ ਤਿਆਰ ਹੋ ਸਨ ਪਾਏ ਇਹ ਹੁਣ ਵੀ ਟੋਕ ਲਿਖੇ ਨੇ ਵਧਿਆ ਸੀ ਨਾਲ ਥੋੜ੍ਹਾ ਥੋੜ੍ਹਾ ਟੋਰਾ ਦਿੱਤੀ ਰਹਿਣ ਟੁਰਦਨ ਫਿਰਦੇ ਵਧੇ ਅਤੇ ਇਹ ਬੜੇ ਖੂਬਸੂਰਤ ਨੇ ਪਾਏ ਹਾਲੇ ਇਹਨਾਂ ਦੀ ਤਿਆਰੀ ਸਿਆਰੀ ਕਹਿ ਨਹੀਂ ਥਈ ਖੜੀ ਇਹ ਜਿਹੜੇ ਤਿਆਰੀ ਥੀ ਵੀ ਸੀ ਪਿੱਛੇ ਇਹਨਾਂ ਦਾ ਬੜਾ ਮਜ਼ਾ ਸੀ ਜਾਨਵਰ ਸੁਣੇ ਜਾਨਵਰ ਨੇ ਪਾਏ ਅਤੇ ਇਹ ਟਾਈਮ ਤੁਹਾਡੇ ਕੋਲੋਂ ਭਜਨ ਇਜਾਜ਼ਤ ਚਾਹੁੰਦੇ ਹੈ ਔਰ ਅੱਲਾ ਹਾਫਿਜ ਜ਼ਿੰਦਗੀ ਰਹੀ ਤਾਂ ਵਲਾ ਮਿਲ ਸੂੰ ਸਾਰੇ ਚੈਨਲ ਕੋ ਲਾਜ਼ਮੀ ਤੋਂ ਲਾਜ਼ਮੀ ਸਬਸਕ੍ਰਾਈਬ ਕਰੇ ਸੋ ਲਾਜ਼ਮੀ ਸਾਰੇ ਕੋਲ ਅੱਛੇ ਕਮੈਂਟਸ ਕਰੇ ਸੋ ਮਿਹਰਬਾਨੀ ਭਾਈ ਜਾਨ।